ਬਹੁਤ ਹੀ ਭਾਗ ਵਾਲੇ ਹਾਂ ਅਸੀਂ ਜੋ ਅੱਜ ਸਾਰਿਆਂ ਦੇ ਵਿੱਚ ਸਾਨੂੰ ਰਲ ਬੈਠਣ ਦਾ ਮੌਕਾ ਮਿਲਿਆ। ਜਿਹੜੀ ਸੰਗਤ ਅਸੀਂ ਇਕੱਠੇ ਕਰ ਰਹੇ ਹਾਂ ਸਾਰੇ ਮਿਲ ਜੁਲ ਕੇ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦੀ ਪੁਰਬ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਮਨਾ ਰਹੇ ਹਾਂ। ਇਸ ਤੋਂ ਚੰਗਾ ਹੋਰ ਕੀ ਉਪਰਾਲਾ ਹੋ ਸਕਦਾ ਹੈ ਕਿ ਗੁਰੂ ਜਸ ਕਰਕੇ ਗੁਰੂ ਦੇ ਸਾਹਮਣੇ ਬੈਠ ਕੇ ਉਸਨੂੰ ਚੇਤੇ ਕੀਤਾ ਜਾਵੇ। ਆਈ ਥਿੰਕ ਇਸ ਇਜ਼ ਵੈਰੀ ਗੁੱਡ। ਥੈਂਕ ਯੂ ਭਾਅ ਜੀ ਕਿ ਸਾਨੂੰ ਉਸ ਮੌਕਾ ਦਿੱਤਾ ਜਿਹੜਾ ਕੋਈ ਆਪਾਂ ਸ਼ਬਦ ਉਚਾਰਨ ਕੀਤਾ। ਬਹੁਤ ਵਾਰ ਸ਼ਾਇਦ ਜ਼ਿੰਦਗੀ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ, ਗੁਰਬਾਣੀ ਸੁਣਦੇ ਹਾਂ, ਪਰ ਕਈ ਵਾਰ ਆਉਂਦਾ ਕਿ ਅਸੀਂ ਸਰੀਰ ਕਰਕੇ ਸੁਣਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਵਾਰ ਵਾਰ ਸੁਣਦੇ ਹਾਂ, ਪਾਠ ਕਰਦੇ ਹਾਂ, ਜੋ ਨਿਤਨੇਮ ਕਰ ਲਿਆ ਸਾਰੀਆਂ ਰਿਚੁਅਲ ਪੂਰੀਆਂ ਕਰ ਲੈਂਦੀਆਂ, ਕਿਉਂਕਿ ਸਾਨੂੰ ਆਪਣੀ ਡਿਊਟੀ ਲੱਗਦੀ ਹੈ। ਮੈਂ ਪਾਠ ਵੀ ਕਰ ਲੈਣਾ, ਮੈਂ ਨਾਲ ਵੀ ਲਿਆ, ਮੈਂ ਗੁਰਦੁਆਰੇ ਵੀ ਚਲੇ ਗਏ, ਮੈਂ ਉੱਥੋਂ ਵੀ ਟੇਕ ਲਿਆ, ਮੈਂ ਸੰਗਤ ਕੀਤੀ ਹੈ, ਮੈਂ ਸਾਰੇ ਕੰਮ ਟਿਕ ਪੂਰੇ ਕਰ ਲੈਂਦੀ, ਪੂਰਾ ਚਾਰਟ ਵੀ ਕਰ ਲੈਂਦੀ, ਪ੍ਰੋਪਰ ਸਿੱਖਿਆ ਹੋਈਆਂ ਬੱਚੀਆਂ। ਪਰ ਕਿਤੇ ਨਾ ਕਿਤੇ ਮਨ ਜਿਹੜਾ ਆ ਉਹ ਫਿਰ ਵੀ ਇੱਕ ਚੰਚਲਤਾ ਦੇ ਵਿੱਚ ਜਿੱਥੇ ਸਾਡਾ ਘੁੰਮਦਾ ਰਹਿੰਦਾ। ਮੈਂ ਜਦ ਸ਼ਬਦ ਪੜ੍ਹ ਰਹੀ ਸੀ ਤਾਂ ਵਾਰ ਵਾਰ ਮੇਰੇ ਦਿਮਾਗ ਵਿੱਚ ਇੱਕ ਗੱਲ ਆ ਰਹੀ ਸੀਗੀ, ਇੱਕ ਹੀ ਗੱਲ ਹੁੰਦੀ ਆ, ਇੱਕ ਛੋਟੀ ਜਿਹੀ ਗੱਲ ਹੁੰਦੀ ਆ, ਜਿੱਥੇ ਜਦੋਂ ਸੰਗਤ ਜੁੜਦੇ ਆ ਸਾਨੂੰ ਨਹੀਂ ਪਤਾ, ਮਹਾਰਾਜ ਜਾਣਦੇ ਆ, ਜਦੋਂ ਆਪਾਂ ਰਲ ਕੇ ਬੈਠਦੇ ਹਾਂ, ਕੀਰਤਨ ਕਰਦੇ ਹਾਂ, ਚਾਹੇ ਸਟੇਜ 'ਤੇ ਆ ਚਾਹੇ ਨੀਚੇ ਬੈਠੀ ਸੰਗਤ, ਮਨ ਕਰਕੇ ਪੜ੍ਹ ਰਹੇ ਹਾਂ, ਅਤੇ ਜਦੋਂ ਤੁਸੀਂ ਉਹ ਬਾਣੀ ਦਾ ਕਿਣਕਾ ਇੱਕ ਉਹ ਪ੍ਰੋਨਾਊਂਸੀਏਸ਼ਨ ਵੀ ਜਿਹੜੀ ਹੈਗੀ ਆ, ਉਹ ਸ਼ਬਦ ਨੂੰ ਉਚਾਰਨ ਕਰਨਾ, ਉਹ ਅਗਰ ਉਹ ਪ੍ਰੋਪਰ ਤਰੀਕੇ ਨਾਲ ਹੋ ਜਾਂਦਾ ਨਾ, ਜਦੋਂ ਤੁਸੀਂ ਬੋਲਦੇ ਹਾਂ ਉਹ ਸ਼ਬਦ ਨੂੰ, ਪਰ ਕਿਸੇ ਕਿਸੇ ਵੇਲੇ ਸਾਰਾ ਸ਼ਬਦ ਅਗਰ ਨਹੀਂ ਵੀ ਹੁੰਦਾ ਤਾਂ ਕਿਸੇ ਕਿਸੇ ਵੇਲੇ ਨਾ ਉਹ ਜਿਹੜੀ ਇੱਕ ਪ੍ਰੋਨਾਊਂਸੀਏਸ਼ਨ ਇੱਕ ਉਹ ਐਸਾ ਰਸ ਲਿਆ ਦਿੰਦੀ ਆ ਅੰਦਰ, ਉਹ ਸ਼੍ਰੀ ਛਣ ਭਰਦਾ ਕਿਉਂ ਨਾ ਹੋਵੇ। ਬਸ ਅਸੀਂ ਉਸ ਛਣਪਾ ਨੂੰ ਤਰਸਦੇ ਰਹਿੰਦੇ ਅਤੇ ਜਿਹੜੇ ਗੁਰੂ ਦੇ ਸੰਤ ਨੇ, ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਇਹਨਾਂ 'ਤੇ, ਉਹ ਜਦ ਜੁੜਦੇ ਆ, ਜਦ ਬੈਠਦੇ ਆ, ਫਕੀਰੀ ਆ, ਉਹ ਜਦੋਂ ਉਹ ਅਹਿਸਾਸ ਹੁੰਦਾ ਜਿਹੜੇ ਬਾਣੀ ਦਾ ਸਵਾਦ ਆਉਣ ਲੱਗ ਗਿਆ, ਉਹ ਜਦੋਂ ਮਿਠਾਸ ਉਸ ਗੁਰਬਾਣੀ 'ਚੋਂ ਮਿਲਣੀ ਸ਼ੁਰੂ ਹੁੰਦੀ ਆ, ਉਹ ਵਾਰ ਵਾਰ ਕਰਦੇ, ਵਾਰ ਵਾਰ ਕਰਦੇ, ਕਿਉਂਕਿ ਉਸ ਰਸ ਵਾਸਤੇ ਹੀ ਬੈਠੇ ਰਹਿਣਾ, ਪਤਾ ਨਹੀਂ ਕਦੋਂ ਫਿਰ ਆ ਜਾਏ, ਫਿਰ ਹੋਰ ਬੈਠੋ, ਹੋਰ ਬੈਠੋ। ਅਤੇ ਬਹੁਤ ਔਖੀ ਗੱਲ ਆ ਸਾਥ ਸੰਗਤ ਕਿ ਬਾਣੀ ਨਾਲ ਪਿਆਰ ਹੋ ਜਾਣਾ, ਕਹਿ ਰਹੇ ਹਾਂ ਸੌਖੀ ਗੱਲ ਹੋ ਗਿਆ, ਪਿਆਰ ਸ਼ਬਦ ਪੜ੍ਹ ਲੈਂਦੇ ਹਾਂ ਬਹੁਤ ਵਧੀਆ, ਸਾਥ ਮਿਲ ਜਾ ਲੈਂਦੇ ਹਾਂ ਬਹੁਤ ਵਧੀਆ, ਪਰ ਇੱਥੇ ਗੱਲ ਮੁਕਤ ਨਹੀਂ ਨਾ ਜਾਂਦੀ। ਆ ਜਦੋਂ ਅਸੀਂ ਬੈਠ ਕੇ ਇਕੱਠੇ ਹੋ ਕੇ ਉਪਰਾਲਾ ਕਰਕੇ ਤਾਂ ਫਿਰ ਸਾਰਿਆਂ ਨੂੰ ਜੋੜ ਕੇ ਜੋ ਸਾਰੇ ਇੱਥੇ ਸੰਗਤ ਰੁਕੇਗਾ, ਇੱਥੇ ਕੋਈ ਪ੍ਰੋਫੈਸ਼ਨਲ ਨਹੀਂ ਹੈਗਾ, ਸਾਰੇ ਉਸਤਾਦ ਕਹਿੰਦੇ ਇੱਕ ਹੀ ਹੁੰਦਾ, ਮਾਸਟਰ ਇੱਕ ਹੈ ਸਾਡਾ ਬਸ, ਅਤੇ ਉਹ ਮਹਾਰਾਜ ਆ, ਬਾਕੀ ਸਾਰੇ ਅਸੀਂ 2-400 ਨਾਲ ਜੋੜ ਕੇ ਇਕੱਠੇ ਹੋਏ ਹਾਂ, ਜਿੰਨਾ ਆਪਣੀ ਮੱਤ ਅਨੁਸਾਰ ਜਿੰਨਾ ਸਾਡੀ ਕਪੈਸਿਟੀ ਦੇ ਵਿੱਚ ਹੈ ਉਹਨਾਂ ਸਾਰੇ ਅਸੀਂ ਕਰ ਰਹੇ ਹਾਂ ਪੰਜ। ਪਰ ਗੱਲ ਉਦੋਂ ਬਣਦੀ ਹੈ ਜਦੋਂ ਉਹ ਜਿਹੜਾ ਇੱਕ ਕਿਣਕਾ ਜਿਹੜਾ ਸਾਡਾ ਹੈ ਨਾ ਜੋੜੇ ਜਾਂਦਾ ਹੈ। ਅੱਜ ਜਿੰਨੇ ਚਿਰ ਵੀ ਆਪਾਂ ਬੈਠਣਾ, ਜਦੋਂ ਵੀ ਤੁਹਾਨੂੰ ਅਹਿਸਾਸ ਹੁੰਦਾ, ਮਹਿਸੂਸ ਹੁੰਦੀ ਹੈ ਗੱਲ, ਬਸ ਉਸੇ ਨੂੰ ਲੱਭੋ, ਉਸੇ ਨੂੰ ਇੰਜੋਏ ਕਰੋ। ਮਹਾਰਾਜ ਕਹਿੰਦੇ ਆ ਕਿ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਕਹਿੰਦੇ, ਕਿਣਕਾ ਇੱਕ ਜਿਸ ਜੀ ਵਿਸਾਲ ਹੈ ਤਾਂ ਕਿ ਮਹਿਮਾ ਗਰੀ ਨਾ ਆਵੇ। ਇਹ ਗੁਰਬਾਣੀ ਦੀ ਤੁੱਕ ਥੋੜ੍ਹਾ ਜਿਹਾ ਕਦੀ ਕਦੀ ਮੈਨੂੰ ਸੋਚ ਚ ਪਾ ਦਿੰਦੀ ਕਿ ਮਹਾਰਾਜ ਤੇ ਕਣਕੇ ਤੋਂ ਖੁਸ਼ ਆ ਰਿਹਾ ਸੀ, ਪਤਾ ਨਹੀਂ ਕਿੰਨਾ ਕੁ ਲੱਭੀ ਜਾਂਦੇ ਹਾਂ, ਕੰਮ ਨਾ ਫਿਰ ਲਾਓ, ਮੈਂ ਤਾਂ ਵੀ ਪਾਠ ਕਰਦੀ ਹਾਂ, ਉਹ ਵੀ ਕਰਦੀ ਹਾਂ, ਉਹ ਵੀ ਕਰਦੀ ਹਾਂ, ਪੜ੍ਹ ਲਿਖ ਮੇਰੀ ਤਾਂ ਫਸਟ ਡਿਵੀਜ਼ਨ ਹੋਣੀ ਚਾਹੀਦੀ ਹੈ। ਐਂਡ ਇਟਸ ਨੋਰਮਲ, ਬੜੀ ਸਾਡੀ ਸੋਚ ਹੈ ਕਿ ਮੈਂ ਫਿਰ ਉੱਚਿਆਂ ਦੇ ਵਿੱਚ ਗਿਣੇ ਜਾਂਦੇ ਹਾਂ, ਔਰ ਅਸੀਂ ਆਪਣੇ ਮਨ 'ਚ ਹੀ ਸਟੇਜ ਬਣਾ ਲੈਂਦੇ ਹਾਂ, ਮੈਂ ਜ਼ਿਆਦਾ, ਮੈਂ ਤਾਂ ਦਸਤਾਰ ਵੀ ਪਾਈ, ਮੈਂ ਤਾਂ ਜ਼ਿਆਦਾ ਉੱਚੀ ਹੋ ਗਈ, ਜਿਹਨੇ ਨਹੀਂ ਪਾਇਆ ਥੋੜ੍ਹਾ ਉਹ ਸਿੱਧਾ ਨੀਵਾਂ ਹੀ ਹੈ, ਹਾਲੇ ਕੱਚਾ ਸਿੱਖਾ। ਇਹ ਸਾਡੀ ਜੱਜ ਕਰਦਾ, ਸਾਡਾ ਮਨ ਬੜੀ ਜਲਦੀ ਜੱਜ ਕਰਦਾ, ਔਰ ਮੈਨੂੰ ਤਾਂ ਲੱਗਦਾ ਮੇਰੀ ਗੱਲ ਐਕਚੁਲੀ ਨਹੀਂ ਹੈ, ਆਪਾਂ ਸ਼ੇਅਰ ਹੀ ਕਰ ਰਹੇ ਹਾਂ ਸਾਡੇ ਵਿਚਾਰ ਕਿ ਉਹ ਕਿਣਕਾ ਉਹ ਇੱਕ ਉਹ ਹੈ ਕੀ ਆ, ਕਦੋਂ ਲੱਗਦਾ, ਸਾਰਾ ਸੁਖਮਨੀ ਸਾਹਿਬ ਪੜ੍ਹ ਲਿਆ, ਸਾਰੀ ਬਾਣੀ ਵਾਰ ਵਾਰ ਤੁਸੀਂ ਪੜ੍ਹ ਰਹੇ ਹਾਂ, ਸਾਰਾ ਨਿਤਨੇਮ ਕਰ ਲਿਆ, ਉਹ ਜਦੋਂ ਕਿਤੇ ਸਾਰੇ ਕਰਦੇ ਕਰਦੇ ਕਿਤੇ ਵੀ ਇੱਕ ਇੱਕ ਸ਼ਬਦ 'ਤੇ ਮਨ ਟਿਕ ਜਾਂਦਾ, ਕਿਸੇ ਇੱਕ ਤੁੱਕ ਨੂੰ ਅਸੀਂ ਪੜ੍ਹ ਰਹੇ ਹਾਂ, ਉਸਨੂੰ ਅਸੀਂ ਬੜੇ
ਰਹੇ ਹਾਂ, ਯੂ ਇੰਜੋਏ ਦੈਟ ਸਾਈਟ ਹੈਗੀ ਨੇ ਕੀ ਪਰਪਸ ਦੀ ਹੈ, ਔਰ ਉਹ ਜਿਸ ਵੀ ਬੁੱਕ ਨੂੰ ਤੁਸੀਂ ਇੰਜੋਏ ਕੀਤਾ ਹੋਊਗਾ ਨੋਟਿਸ ਕਰਿਓ ਸਾਰਾ ਦਿਨ ਕਿਤੇ ਨਾ ਕਿਤੇ ਦਿਮਾਗ ਵਿੱਚ ਜ਼ਰੂਰ ਆਏਗੀ, ਯਾਦ ਰਹੇਗੀ ਤੁਹਾਨੂੰ, ਔਰ ਤੁਸੀਂ ਉਸਨੂੰ ਯਾਦ ਕਰੋ ਅੱਜ ਸਵੇਰੇ ਬਾਣੀ ਪੜ੍ਹੀ ਸੀ ਯਾਦ ਹੈ, ਪਰ ਕੋਸ਼ਿਸ਼ ਕਰੋ ਅਗਰ ਤੱਕ ਸ਼ਾਮ ਤੱਕ ਯਾਦ ਆ ਗਈ ਤਾਂ ਕਹਿੰਦੇ ਸ਼ਾਮ ਨੂੰ ਬੈਠ ਕੇ ਬੰਦੇ ਖੋਜ ਅਗਰ ਖੋਜ ਕਰਦੇ ਹਾਂ ਤਾਂ ਅਗਰ ਸ਼ਾਮ ਨੂੰ ਬੈਠ ਕੇ ਸੋਚਦੇ ਹਾਂ ਕਿ ਹਾਂ ਖੋਜ ਕਰਨੀ ਆ, ਮਹਾਰਾਜ ਨੇ ਤਾਂ ਹਰ ਰੋਜ਼ ਕਿਹਾ ਕਿਸੇ ਕਿਸੇ ਦਿਨ ਵੀ ਚੇਤਾ ਰਹਿ ਗਿਆ, ਫਿਰ ਉਹ ਚੀਜ਼ ਯਾਦ ਆਉਂਦੀ ਹੈ। ਬਸ ਸਾਡਾ ਸਾਰਿਆਂ ਦਾ ਫਰਜ਼ ਔਰ ਕੰਮ ਜਿਹੜਾ ਉਹ ਇੱਕੋ ਹੀ ਹੈ ਕਿ ਉਹ ਕਿਤੇ ਟਣਕਾ ਮਿਲ ਗਿਆ। ਸੋ ਇੱਥੇ ਸਾਧ ਸੰਗਤ ਬਹੁਤ ਸਾਰੇ ਗੁਰੂ ਪਿਆਰੇ ਆਉਣਗੇ ਜੋ ਦਿਨ ਰਾਤ ਸੇਵਾ ਕਰਦੇ, ਦਿਨ ਰਾਤ ਗੁਰਬਾਣੀ ਸੁਣਦੇ, ਮਹਾਰਾਜ ਦੀ ਬਹੁਤ ਕਿਰਪਾ। ਇਹ ਤਾਂ ਇਹਦਾ ਮਤਲਬ ਮੈਂ ਨਹੀਂ ਕਹਿ ਰਹੀ ਕਿ ਉਹ ਮਾੜੀ ਗੱਲ, ਮੈਂ ਬਸ ਇਹ ਕਹਿ ਰਹੀ ਹਾਂ ਉਸ ਕਿਣਕੇ ਦੇ ਸਵਾਦ ਨੂੰ ਯਾਦ ਰੱਖਿਆ ਕਰੋ, ਉਸਨੂੰ ਇੰਜੋਏ ਕਰੀਏ। ਅਗਰ ਕੀਰਤਨ ਕਰਦੇ ਹਾਂ ਤੁਹਾਡਾ ਇੱਥੇ ਵੀ ਇੱਕ ਵੀ ਮਨ ਲੱਗਾ ਤਾਂ ਸਮਝੋ ਬਸ ਮਹਾਰਾਜ ਦੀ ਕਿਰਪਾ ਹੋ ਗਈ, ਕਿਉਂਕਿ ਮਹਾਰਾਜ ਦੇ ਕਿਣਕੇ ਦੇ ਵਿੱਚ ਵੀ ਖੁਸ਼ ਹੈ, ਹੁਣ ਅਸੀਂ ਖੁਸ਼ ਕਰਨਾ ਹੈ। ਮੈਂ ਥੋੜ੍ਹਾ ਜਿਹਾ ਇਹਦੀ ਗੱਲ ਸ਼ੇਅਰ ਕਰਨਾ, ਅਗਲਾ ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਰੰਗ ਬੱਚਾ ਰਹੇ, ਗੁਰਬਾਣੀ ਨਾਲ ਮਨ ਜੁੜਿਆ ਰਹੇ, ਅਸੀਂ ਉਹ ਭੁੱਖ ਜਿਹੜੀ ਉਹ ਮਿੱਟੇ ਨਾ ਅੰਦਰੋਂ, ਜਿਹੜਾ ਕਿਉਂਕਿ ਰਾਗਾਂ 'ਚ ਕਰ ਰਹੇ ਹਾਂ ਤਾਂ ਮੇਰਾ ਮਨ ਹੈਗਾ ਮੈਂ ਥੋੜ੍ਹਾ ਥੋੜ੍ਹਾ ਰਾਗ ਨੂੰ ਵੀ ਨਾਲ ਸ਼ੇਅਰ ਕਰਦੀ ਹਾਂ। ਸਾਰਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਪਾਤਸ਼ਾਹ ਦੀ ਅਸੀਂ ਦੇਣ ਹੈ, ਜਿਨ੍ਹਾਂ ਨੇ ਸਾਨੂੰ ਅਥਾਹ ਸਮੁੰਦਰ ਮਾਰੇ ਨੇ, ਬਹੁਤ ਹੀ ਤਰਤੀਬ ਵੱਧ ਕਰਕੇ ਸਾਡੇ ਵਾਸਤੇ ਬੜਾ ਹੀ ਸੁਖਾਲਾ ਕਰ ਦਿੱਤਾ ਕਿ ਸਾਨੂੰ ਸਮਝ ਆ ਜਾਏ ਜੀ। ਸੋ ਮਹਾਰਾਜ ਨੇ ਉਹਨਾਂ ਸਾਰੇ ਨਾ ਸ਼ਬਦਾਂ ਨੂੰ ਰਾਗਾਂ 'ਚ ਜਦੋਂ ਪਾਇਆ, ਓਬਵੀਅਸਲੀ ਰਾਗਾਂ ਦਾ ਵੀ ਕੋਈ ਮੀਨਿੰਗ ਹੈ, ਅਸੀਂ ਕਹਿੰਦੇ ਠੀਕ ਹੈ ਰਾਗ ਵੱਜਦੇ ਹਾਂ, ਮਿਊਜ਼ਿਕ ਬੜੀ ਪਾਵਰਫੁਲ ਚੀਜ਼ ਹੈ, ਜਦੋਂ ਤੁਸੀਂ ਕੁਛ ਵੀ ਵਜਾਉਂਦੇ ਹਾਂ, ਹੁਣ ਕੋਈ ਵੀ ਸੌਂਗ ਲਗਾ ਦਿਓ ਜਾਂ ਕੋਈ ਮਿਊਜ਼ਿਕ ਪੀਸ ਵਜਾ ਦਿਓ, ਤੁਹਾਨੂੰ ਨਹੀਂ ਵੀ ਪਤਾ ਪਰ ਤੁਸੀਂ ਥੋੜ੍ਹੀ ਜਿਹੀ ਝੋਲ ਜ਼ਰੂਰ ਮਨ ਨੂੰ ਮਿਊਜ਼ਿਕ ਦੀ ਖਿੱਚ ਪਾਈ ਜਾਂਦੀ ਹੈ, ਜ਼ਰੂਰ ਪਾਓਗੀ ਕਿਉਂਕਿ ਬਹੁਤ ਉਹਦੀ ਆਪਣੀ ਪਾਵਰ ਹੈ। ਮਹਾਰਾਜ ਨੇ ਉਸੇ ਚੀਜ਼ ਦਾ ਸਹਾਰਾ ਲਿਆ ਸਾਡੇ ਮਨ ਨੂੰ ਪਕੜਨ ਲਈ, ਕਿਉਂਕਿ ਮਨ ਬੜਾ ਚੰਚਲ ਹੈ, ਇਹਨੂੰ ਬੰਨ ਕੇ ਰੱਖਣਾ ਪੈਂਦਾ, ਵਾਰ ਵਾਰ ਚੇਤੇ ਕਰਨਾ ਪੈਂਦਾ, ਪਾਠ ਕਰਨਾ ਪਿਆ ਅੱਡਾ ਬੈਠਦਾ, ਥੋੜ੍ਹਾ ਜਿਹਾ ਤਾਂ ਪਾਠ ਚੇਤੇ ਕਰਨਾ ਇਕੱਠੇ ਕਰ ਲਈਏ ਮਨ ਅਤੇ ਆਤਮਾ ਬੈਠੀ, ਅਤੇ ਜਦ ਉਸ ਮਨ ਨੂੰ ਪਕੜਨ ਲਈ ਸੌਖੀ ਤਰੀਕ ਤਰਤੀ ਮਹਾਰਾਜ ਨੇ ਸਾਨੂੰ ਦੱਸ ਦਿੱਤੀ ਸਾਸ ਜੀ, ਸਭ ਤੋਂ ਸੌਖੀ ਤਰੀਕ ਮਹਾਰਾਜ ਕਹਿੰਦੇ ਗਾ ਲਓ, ਕੀਰਤਨ ਦੇ ਵਿੱਚ ਸਭ ਤੋਂ ਵੱਧ ਮਨ ਜੁੜਿਆ ਕਰਦਾ, ਪਰ ਜੇ ਸਾਡਾ ਕੀਰਤਨ ਦੇ ਵਿੱਚ ਵੀ ਨਹੀਂ ਮਨ ਜੁੜਦਾ ਤਾਂ ਬਹੁਤ ਹੀ ਸੱਚੀ ਗੱਲ ਹੈ ਮਹਾਰਾਜ ਸਾਸ ਜੀ, ਅਸੀਂ ਕਲਯੁੱਗ ਦੇ ਵਿੱਚ ਬੈਠੇ ਹਾਂ, ਉਹਦਾ ਪ੍ਰਭਾਵ ਹੋਣਾ ਵੀ ਬੜੇ ਹੀ ਹੁੰਦੇ, ਉਹਨੇ ਵੀ ਆਪਣਾ ਅਸਰ ਤੇ ਦਿਖਾਉਣਾ ਹੀ, ਪਰ ਅਗਰ ਅਸੀਂ ਉਹਨੂੰ ਥੋੜ੍ਹੀ ਜਿਹੀ ਖਿੱਚਲ ਕਰਕੇ ਛੋਟੀ ਜਿਹੀ ਬਰੀਕੀ ਨੂੰ ਅਸੀਂ ਸਮਝੀਏ, ਹੋਰ ਇੱਕ ਕਦਮ ਉੱਤੇ ਉੱਠੀਏ, ਜਦ ਆਉਂਦੇ ਹਾਂ ਬੈਠਦੇ ਹਾਂ ਸੁਣਦੇ ਹਾਂ ਅਤੇ ਬਸ ਅਸੀਂ ਥੋੜ੍ਹਾ ਥੋੜੋ ਉਹਦੇ ਵੀ ਭਾਬੀ ਨਾਮ ਦੀ ਨਾਲ ਜਾਣਦੇ ਰਹੀਏ, ਉਹਦੇ ਨਾਲ ਸਾਡਾ ਹੀ ਸਾਡੇ ਵਾਸਤੇ ਹੀ ਸੌਖਾ ਆਉਂਦਾ। ਜਿਹੜਾ ਸ਼ਬਦ ਅਸੀਂ ਪੜ੍ਹਿਆ ਹੋਣੀ ਉਹ ਰਾਗ ਧਨਾਸਣ ਵਿੱਚ ਸੀ, ਰਾਗ ਭੈਰੋ ਦੇ ਵਿੱਚ ਸੀ। ਮੈਂ ਬਸ ਇਹ ਦੱਸਣਾ ਚਾਹੁੰਦੀ ਤੁਹਾਨੂੰ ਕਿ ਰਾਗ ਕੀ ਹੁੰਦਾ, ਰਾਗ ਇੱਕ ਮੂਡ ਹੁੰਦਾ, ਅਸੀਂ ਦਿਨ 'ਚ ਪਤਾ ਨਹੀਂ ਕਿੰਨੇ ਕੁ ਸਾਡੇ ਮੂਡ ਚੇਂਜ ਹੁੰਦੇ ਆ, ਕਦੇ ਅਸੀਂ ਕਿਸੇ ਮੂਡ 'ਚ ਹਾਂ, ਕਦੇ ਅਸੀਂ ਕਿਸੇ ਮੂਡ 'ਚ, ਉਹ ਮੂਡ ਕਿੱਦਾਂ ਦੇ ਆ, ਅਗਰ ਸਾਨੂੰ ਇਹ ਸਮਝ ਆ ਜਾਏ ਕਿ ਕਿਸ ਸਮੇਂ ਦੇ ਅਸੀਂ ਕਿਸ ਮੂਡ ਦੇ ਵਿੱਚ ਹੁੰਦੇ ਹਾਂ, ਕਿਉਂਕਿ ਹੈ ਇਹ ਸਾਰੀ ਜ਼ਿੰਦਗੀ ਸਾਰੀ ਗੁਰਬਾਣੀ ਮਹਾਰਾਜ ਨੇ ਆਪਣੇ ਆਪ ਨੂੰ ਸੁਧਾਰਨ ਅਤੇ ਆਪਣੇ ਆਪ ਨੂੰ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿਰਫ ਬਹੁਤ ਚੰਗੇ ਹਿਊਮਨ ਬੀਂਗ ਬਣਨ ਨੂੰ ਕਿਹਾ, ਬਹੁਤ ਅੱਛਾ ਮਨੁੱਖ, ਅਗਰ ਇਨਸਾਨ ਅੱਛਾ ਮਨੁੱਖ ਹੈ ਉਹ ਆਪਣੇ ਆਪ ਹੀ ਅੱਛਾ ਸਿੱਖਿਆ, ਔਰ ਇੱਕ ਚੰਗਾ ਮਨੁੱਖ ਬਣਨਾ ਸਭ ਤੋਂ ਔਖੀ ਗੱਲ ਹੈ, ਉਹ ਮਨੁੱਖ ਬਣਨ ਨੂੰ ਸਾਨੂੰ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਜਿਹੜਾ ਸਮਝਣਾ ਬੜਾ ਜ਼ਰੂਰੀ ਹੈ, ਅਤੇ ਉਹਨਾਂ ਦੇ ਹੀ ਸਾਰਾ ਆਧਾਰ ਹੈ ਜਿਹੜਾ ਹੈ ਸਾਨੂੰ ਗੁਰਬਾਣੀ ਦੇ ਵਿੱਚੋਂ ਕੀਰਤਨ ਦੇ ਵਿੱਚੋਂ ਸਾਨੂੰ ਮਿਲਦਾ। ਰਾਗ ਜਿਹੜਾ ਭੈਵੋ ਹੁੰਦਾ ਉਹਦਾ ਇੱਕ ਆਪਣਾ ਮਤਲਬ ਹੈ, ਇੱਕ ਮੀਨਿੰਗ ਹੈ, ਇੱਕ ਆਪਣੀ ਉਹਦੀ ਪਰਸਨੈਲਿਟੀ ਹੈ ਕਿ ਰਾਗ ਕੀ ਆ, ਤੁਸੀਂ ਚਾਰ ਜੋ ਵੀ ਸੁਰਾਂ ਵਜਾਉਂਦੇ ਹੋ ਉਹ ਇੱਕ ਪ੍ਰਭਾਵ ਛੱਡਦੀਆਂ ਸਾਡੇ ਉੱਤੇ, ਉਹ ਪ੍ਰਭਾਵ ਉਹਦਾ ਮਤਲਬ ਐਸੀ ਉਹ ਕ੍ਰੀਏਟ ਕਰਨਾ ਹੁੰਦਾ ਸਮ ਜਿਹੜਾ ਉਹਦਾ ਮੀਨਿੰਗ ਦਿੰਦੇ ਹੈ ਕਿ ਭੈਰੋ ਦੇ ਵਿੱਚ ਬੰਦਾ ਆਪਣਾ ਆਪ ਸਮਰਪਿਤ ਕਰਨ ਨੂੰ ਤਿਆਰ ਹੋ ਜਾਂਦਾ, ਸਮਰਪਿਤ ਵੀ ਐਸਾ ਤੁਸੀਂ ਸਿਰ ਵੱਢ ਕੇ ਰੱਖ ਦਿਓ ਤੁਹਾਨੂੰ ਖੁਸ਼ੀ ਖੁਸ਼ੀ ਬਿਨਾਂ ਮੰਗੇ, ਕੋਈ ਆਪਣੇ ਵਾਸਤੇ ਚਾਹਤ ਨਹੀਂ, ਐਸੀ ਜਿਹੜੀ ਆ ਡਿਵੋਸ਼ਨ ਮਹਾਰਾਜ ਵਾਸਤੇ
ਰਾਗ ਭੈਰੋ ਦੇ ਸੁਰਾਂ ਸੁਣਦੇ ਨੇ। ਗੁਰੂ ਅਰਜਨ ਪਾਤਸ਼ਾਹ ਜੀ ਨੇ ਤਾਂ ਖੁਸ਼ੀ ਖੁਸ਼ੀ ਮਾਰੇ ਨੇ ਰੱਬ ਦਾ ਹੁਕਮ ਐਸਾ ਸਭ ਸਾਡੇ ਵਾਸਤੇ ਸਾਰੇ ਵਾਸਤੇ ਐਸੀ ਅੱਛੀ ਇਗਜ਼ਾਮਪਲ ਸੈੱਟ ਕੀਤੀ ਹੈ ਸਾਨੂੰ ਸਮਝਾਉਣ ਲਈ। ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਗੁਰੂ ਇਗਜ਼ਾਮਪਲ ਨਹੀਂ ਸਕਦੇ। ਅਤੇ ਜਿਹੜਾ ਰਾਗ ਹੈ ਉਹ ਜਦੋਂ ਇੱਦਾਂ ਦੇ ਇਮੋਸ਼ਨ ਦਿੰਦਾ ਅਤੇ ਫਿਰ ਜਦੋਂ ਸਿੱਖ ਬਾਣੀ ਉਸ ਵਿੱਚ ਸੁਣਦਾ, ਅਗਰ ਅਸੀਂ ਉਸ ਵੇਲੇ ਮਹਿਸੂਸ ਕਰੀਏ ਮੇਰੀ ਜ਼ਿੰਦਗੀ 'ਚ ਕਦੀ ਇੱਦਾਂ ਹੋਇਆ ਸੀਗਾ ਕਿ ਮੈਂ ਕਦੀ ਇੱਦਾਂ ਦਾ ਫੀਲ ਕੀਤਾ ਸੀ ਕਿ ਅੱਜ ਬਿਨਾਂ ਕੁਛ ਮੰਗਿਆ ਮਹਾਰਾਜ ਬਸ ਸੇਵਾ ਕਰੀਏ। ਅੱਜ ਤੱਕ ਕੁਛ ਵੀ ਰਹਿ ਬਸ ਮਨ ਇੰਨਾ ਅੰਦਰੋਂ ਖੁਸ਼ ਹੈ, ਇੰਨਾ ਡਿਵੋਸ਼ਨ ਦੇ ਵਿੱਚ ਹੈ, ਤੁਹਾਨੂੰ ਮਤਲਬ ਖੁਦ ਦਾ ਹੀ ਵਿੱਚ ਚਾਹਤ ਹੀ ਨਹੀਂ ਬਚ ਜਾਂਦੀ। ਔਰ ਉਸ ਸਟੇਜ ਤੱਕ ਪਹੁੰਚਣਾ ਇਹ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦਾ। ਆਹ ਅਗਲਾ ਸ਼ਬਦ ਜਿਹੜਾ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਥੋੜ੍ਹਾ ਜਿਹਾ ਰਾਗ ਦਾ ਮੋੜ ਦੱਸ ਦਿੰਦੀ ਹਾਂ। ਅਗਰ ਹੋ ਸਕਿਆ ਤਾਂ ਕੋਸ਼ਿਸ਼ ਕਰਨਾ ਆਪਣੀਆਂ ਮਨ ਨੂੰ ਭਾਵਨਾਵਾਂ ਨੂੰ ਆਪਣੀਆਂ ਫੀਲਿੰਗਸ ਨੂੰ ਲੈ ਕੇ ਜਾਣਾ। ਅਗਲਾ ਸ਼ਬਦ ਪੜ੍ਹਾਂਗੇ ਰਾਗ ਤਨਾਸਰੀ ਦੇ, ਬਹੁਤ ਹੀ ਪਿਆਰਾ ਰਾਗ ਹੈ ਰਾਗ ਤਨਾਸਰੀ। ਦੇਖੋ ਸਾਰੇ ਹੀ ਰਾਗ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ। ਦੈਨ ਵਿੱਚ ਅਸੀਂ ਕਿੰਨੇ ਵੀ ਇਮੋਸ਼ਨ ਜੀਵੀਏ ਇੱਕ ਘੰਟੇ ਵਿੱਚ 60 ਸੈਕਿੰਡ ਹੁੰਦੇ ਆ ਅਤੇ ਮਹਾਰਾਜ ਨੇ 60 ਦੇ 60 ਰਾਗ ਸਾਡੇ ਵਾਸਤੇ ਲਿਖਦੇ ਗਏ। ਆਪਣੇ ਆਪ ਨੂੰ ਇਕੱਲੇ ਇਕੱਲੇ ਨਾਲ ਨਾਲ ਜਿਹੜੀ ਜਿਹੜੀ ਭਾਵਨਾਵਾਂ ਚੱਲ ਗਈਆਂ ਬਸ ਆਪਣੇ ਆਪ ਨੂੰ ਤੁਸੀਂ ਸਮਝ ਲਓ ਅਤੇ ਹੀਲ ਕਰ ਲਓ। ਇੱਕ ਗੁਰਸਿੱਖ ਤਾਂ ਮਾਨਸਿਕਤਾ ਜਿਹੜੀ ਆ ਉਹ ਨਹੀਂ ਨਾ ਉਹ ਬੜੀ ਚੜ੍ਹਦੀ ਕਲਾਸ ਹੋਣੀ ਚਾਹੀਦੀ, ਬਿਮਾਰ ਹੁੰਦੇ ਨਹੀਂ। ਅਸੀਂ ਕਹਿ ਦਿੰਦੇ ਹਾਂ ਡਿਪਰੈਸ਼ਨ ਆ, ਬੜੇ ਦੁਖੀ ਨੇ, ਬਿਮਾਰ ਲੱਗਦੇ, ਹੋਈ ਨਹੀਂ ਸਕਦਾ। ਗੁਰਸਿੱਖ ਹੋਵੇ, ਬਾਣੀ ਪੜ੍ਹਦਾ ਹੋਵੇ, ਗੁਰੂ ਦਾ ਗੱਲ ਲਿਖਿਆ ਤਾਂ ਗੁਰੂ ਦਾ ਸਿੱਖ ਹੀ ਕਮਾਲ ਠੀਕ ਹੀ ਹੈ। ਬਸ ਉਹ ਸਾਸੀ ਥੋੜ੍ਹੀ ਜਿਹੀ ਭੁਲੇਖੇ ਜਿਹੇ 'ਚ ਪੈ ਜਾਂਦੇ ਹਾਂ, ਉੱਥੇ ਗੱਲ ਰਹਿ ਜਾਂਦੀ ਜਿੱਥੇ ਅਸੀਂ ਸਮਝ ਨਹੀਂ ਪਾਉਂਦੇ ਸਾਸੀ ਨੇ, ਤਾਂ ਬਸ ਸਾਨੂੰ ਸਮਝਣ ਦੀ ਜ਼ਰੂਰਤ। ਅਸੀਂ ਬਸ ਰਲ ਮਿਲ ਕੇ ਅੱਜ ਥੋੜ੍ਹੀਆਂ ਜਿਹੀਆਂ ਗੱਲਾਂ ਮੈਂ ਸ਼ੇਅਰ ਕਰਨ ਆਈਆਂ ਸਭ ਕੇ ਤੁਹਾਡੇ ਨਾਲ। ਅਗਰ ਚੰਗੀਆਂ ਲੱਗੀਆਂ ਤਾਂ ਜ਼ਰੂਰ ਅਪਣਾ ਲੈਣਾ, ਨਹੀਂ ਚੰਗੀਆਂ ਲੱਗੀਆਂ ਤਾਂ ਮੈਨੂੰ ਮਾਫ਼ ਕਰਨਾ। ਚੱਲ ਕਈ ਵਾਰੀ ਇੱਦਾਂ ਹੋ ਜਾਂਦਾ ਕਿ ਇਸੇ ਦੱਸਣ ਵਾਲੇ ਬੰਦੇ ਦੀ ਵੀ ਕਮੀ ਰਹਿ ਜਾਂਦੀ ਹੈ ਕਿਤੇ, ਪਰ ਇਹ ਮੇਰੀ ਕੋਈ ਖੁਦ ਦੀ ਗੱਲ ਨਹੀਂ ਹੈ, ਗੁਰੂ ਮਹਾਰਾਜ ਦੀ ਹੈ। ਮੈਂ ਵੀ ਇੱਕ ਦਿਨ ਸਿੱਖਿਆ, ਪਰ ਅੱਜ ਜਦੋਂ ਮੈਂ ਖੁਦ ਇਹਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ ਤਾਂ ਮੇਰਾ ਵੀ ਦਿਲ ਕਰਦਾ ਕਿ ਮੈਂ ਹੋਰ ਕਿਸੇ ਨਾਲ ਵੀ ਸ਼ੇਅਰ ਕਰਾਂ ਤਾਂ ਕਿ ਤੁਸੀਂ ਵੀ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜ਼ਮਾ ਕੇ ਦੇਖੋ, ਇੰਜੋਏ ਕਰੋ। ਰਾਗ ਤਨਾਸਰੀ ਇੱਕ ਐਸਾ ਮੂਡ ਹੁੰਦਾ ਜਿਵੇਂ ਬੱਚੇ ਬੈਠੇ ਆ, ਅਸੀਂ ਬੜੇ ਸੇਫ ਮਾਹੌਲ ਫੀਲ ਕਰਦੇ ਗੁਰਦੁਆਰਾ ਸਾਹਿਬ 'ਚ ਬੈਠੇ, ਆਪਣੇ ਘਰ ਵਾਂਗੂ ਲੱਗਦਾ ਕਿ ਉੱਤੇ ਜਾਂਦੇ ਨੀਚੇ ਜਾਂਦੇ ਆ, ਆਰਾਮ ਦੇ ਨਾਲ ਕੋਈ ਫਿਕਰ ਨਹੀਂ ਆ। ਦੇਵ ਪ੍ਰਭਾ ਮਾਂ ਬਾਪ ਦੇ ਨਾਲ ਬੱਚਾ ਬੜਾ ਹੀ ਸੇਫ ਹੁੰਦਾ, ਉਹਨੂੰ ਲੱਗਦਾ ਮੇਰੇ ਮੰਮੀ ਡੈਡੀ ਕੋਲ ਆ, ਦੁਨੀਆਂ ਦੀ ਕਿਸੇ ਜਗ੍ਹਾ 'ਤੇ ਚਲੇ ਜਾਓ, ਜੰਗਲ 'ਚ ਚਲੇ ਜਾਓ, ਉਹਨੂੰ ਨਹੀਂ ਡਰ ਲੱਗਦਾ ਉਹਦੇ ਮਾਂ ਬਾਪ ਵਿਸ਼ਨ ਕਰ ਜਾਂਦੇ, ਪਤਾ ਨਹੀਂ ਕਿੱਦਾਂ ਦੀ ਜਗ੍ਹਾ, ਕਿਉਂਕਿ ਮਾਂ ਬਾਪ ਨਾਲ ਉਹਨੂੰ ਪਤਾ ਮੇਰਾ ਗ੍ਰਾਹਕ ਫੜ ਜਾਣੇ ਮੰਮੀ ਡੈਡੀ ਦੇ ਕੋਲ, ਬੇਪਰਵਾਹ ਹੋ ਜਾਣਾ, ਕੇਅਰ ਫਰੀ ਹੋ ਜਾਣਾ। ਧਨਾਸਰੀ ਐਸੀ ਕੇਅਰ ਫਰੀ ਜਿਹੜਾ ਮੂਡ ਹੈ ਉਹ ਸਾਨੂੰ ਦਿੰਦਾ। ਅਤੇ ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਫਿਰ ਤਾਂ ਕੋਈ ਦੁੱਖ ਨਹੀਂ, ਕੋਈ ਪਰੇਸ਼ਾਨੀ ਨਹੀਂ, ਸਾਰੀਆਂ ਚੀਜ਼ਾਂ ਦਿੱਤਾ ਵੀ ਉਹਦਾ, ਲਿਆ ਵੀ ਉਹਦਾ, ਸਰੀਰ ਵੀ ਉਹਦਾ, ਸਾਰੀਆਂ ਚੀਜ਼ਾਂ ਹੀ ਉਹਦੀ। ਅਤੇ ਤੁਸੀਂ ਖੁਸ਼ੀ ਦੇ ਵਿੱਚ ਅਗਰ ਬੱਚਾ ਬੈਠਾ ਨਾ ਮਾਂ ਦੀ ਰੋਚ ਆ ਕੇ ਜੱਫੀ ਪਾ ਕੇ ਬਿਨਾਂ ਗੱਲ ਤੇ ਮੰਮੀ ਨੂੰ ਆਏ ਲੱਗਦੀ ਪੈ ਦੇਣ ਅਤੇ ਉੱਥੋਂ ਘੁੱਟ ਕੇ ਜੱਫੀ ਵੀ ਪਾ ਲੈ, ਕੋਈ ਨਹੀਂ ਸਕਦਾ ਮੰਮੀ ਵਾਪਸ ਨਾ ਉਹਨੂੰ ਪਿਆਰ ਕਰੇ, ਕੋਈ ਨਹੀਂ ਸਕਦਾ, ਆਪਣੇ ਆਪ ਹੀ ਪਿਆਰ ਆ ਜਾਂਦਾ। ਇਹ ਹੈ ਕਿ ਭਾਵਨਾਵਾਂ ਐਸੀ। ਸੋ ਐਸੇ ਤਰ੍ਹਾਂ ਹੀ ਮਹਾਰਾਜ ਦਾ ਪਿਆਰ ਹੈ, ਜਿਹੜੇ ਗੁਰਸਿੱਖ ਨੂੰ ਮਹਾਰਾਜ ਦੇ ਚਰਨੀ ਕੋਲ ਬੈਠੇ ਹਾਂ, ਗੋਦ 'ਚ ਬੈਠੇ ਹਾਂ, ਫਿਰ ਗੁਰੂ ਨਾਲ ਗੁਰੂ ਅੰਗ ਸੰਗ, ਪਰ ਹੋਰ ਕੋਈ ਚੀਜ਼ ਨਹੀਂ ਮਹਿਸੂਸ ਹੁੰਦੀ। ਆਓ, ਬਹੁਤ ਹੀ ਸੌਖਾ ਜਿਹਾ ਸ਼ਬਦ ਹੈ ਮਹਾਰਾਜ ਦਾ, ਪੰਜਵੇਂ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਵਿੱਚ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜਾ ਮੇਰੇ ਠਾਕੁਰ, ਸਦਾ ਸਦਾ ਤੁਰਤੇ ਹਨ ਅਤੇ ਮਹਾਰਾਜ ਕਿਰਪਾ ਉਹ ਮਤ ਸਾਨੂੰ ਹਮੇਸ਼ਾ ਲਈ ਚੇਤੇ ਰਹੇ ਲਾਈਨ 'ਤੇ, ਸਦਾ ਹੀ ਸਦਾ ਧਿਆਨ ਸਾਡੇ ਨਾਲ ਵੀ ਹੋ ਜਾਏ। ਬਸ ਜਿੰਨਾ ਸ਼ਬਦ ਅਸੀਂ ਪੜ੍ਹਨਾ ਨਾਲ ਸੰਗਤ ਦੀ ਨਾਲ ਗਾਣਾ, ਤਾਂ ਕਿ ਅਸੀਂ ਸਾਰੇ ਜਾਣੇ ਗੁਰੂ ਮਹਾਰਾਜ ਦੀ ਗੋਲ ਨੂੰ ਮਹਿਸੂਸ ਕਰੀਏ, ਅਤੇ ਮਹਾਰਾਜ ਅੰਗ ਸੰਗ ਹੈ, ਮਹਾਰਾਜ ਸੋਲ ਹੈ, ਕੇਅਰਫਰੀ ਹੋ ਕੇ ਆਓ। ਸ਼ਬਦ ਬੜੀਏ
ਮਹਾਰਾਜ ਨੇ ਇਹ ਜਿਹੜਾ ਸਾਧ ਮੇਰੇ ਹੱਥ ਪਕੜਿਆ ਹੋਇਆ ਇਹ ਬਣਾਇਆ ਗੁਰੂ ਅਰਜਨ ਪਾਤਸ਼ਾਹ ਦੀ ਕ੍ਰਿਸ਼ਨ ਨੇ 13 ਈਅਰ ਓਲਡ ਕੀ ਜ਼ਰੂਰਤ ਸੀ ਮਹਾਰਾਜ ਨੂੰ ਸਾਧ ਬਣਾਉਣ ਦੀ ਸਾਧਸੰਗ ਵਿੱਚ ਸੋਚਣ ਦੀ ਗੱਲ ਹੈ ਇੰਨੇ ਇੰਸਟਰੂਮੈਂਟ ਦੁਨੀਆਂ ਦੇ ਵਿੱਚ ਪਏ ਨੇ ਜੋ ਮਰਜ਼ੀ ਹੋ ਜਾਓ ਮਿਊਜ਼ਿਕ ਦੀ ਕਮੀ ਨਹੀਂ ਸਭ ਕੁਛ ਅਵੇਲੇਬਲ ਹੈ ਪਰ ਸਿੱਖਾਂ ਵਾਸਤੇ ਉਹ ਗੱਲ ਸਭ ਤੋਂ ਸੁੱਚੀ ਅਤੇ ਉੱਚੀ ਹੋ ਜਾਂਦੀ ਹੈ ਜਿੱਥੇ ਸਾਡੇ ਗੁਰੂ ਦਾ ਨਾਮ ਔਰ ਗੁਰੂ ਨੇ ਆਪ ਸਿੱਖ ਜਗਤ ਨੂੰ ਦਿੱਤੀ ਹੋਵੇ ਸਿੱਖਾਂ ਵਾਸਤੇ ਸਭ ਤੋਂ ਬਸ ਸਾਡੇ ਵਾਸਤੇ ਸਰੰਗਾ ਸਾਡੀ ਜਾਨ ਹੋਣਾ ਚਾਹੀਦਾ ਸਾਡੇ ਗੁਰੂ ਨੇ ਬਣਾਇਆ ਹੋਇਆ ਬਚਾਇਆ ਮਹਾਰਾਜ ਕੀਰਤਨ ਆਪ ਕਰਦੇ ਸਨ ਅਗਰ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਬਾਬਾ ਸ਼ਾਮ ਸਿੰਘ ਜੀ 80 ਸਾਲ ਦਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਸਰੰਗੇ ਦੇ ਨਾਲ ਝੂੰਮ ਭਰਿਆ ਕਰਦੇ ਸਨ ਬਹੁਤ ਘੱਟ ਸਾਨੂੰ ਪਤਾ ਹੈ ਕਿਉਂਕਿ ਸਾਡੇ ਸਾਜ ਆ ਸਾਡੇ ਗੁਰੂਆਂ ਦੇ ਸਾਜ ਆ ਉਹ ਸਾਨੂੰ ਹੌਲੀ ਹੌਲੀ ਵੈਸੇ ਆ ਰਹੇ ਨੇ ਪਰ ਬਹੁਤ ਹੀ ਸਮਾਂ ਸਾਡੇ ਤੋਂ ਰੋਕ ਰਹੇ ਨੇ ਸਾਨੂੰ ਨਹੀਂ ਪਤਾ ਸੀ ਮੇਰੇ ਵਾਸਤੇ ਬਹੁਤ ਹੀ ਸ਼ੌਕਿੰਗ ਨਿਊਜ਼ ਸੀ ਕਿ ਸਾਡੇ ਐਕਚੁਲੀ ਸਾਜ ਆ ਮੈਂ ਮਤਲਬ ਐਗਜੈਕਟਲੀ ਡੇਟ ਦੱਸਦੀ ਹਾਂ ਥਿੰਕ ਆਈ ਵਾਸ 27 ਈਅਰ ਓਲਡ ਇੰਨੇ ਸਾਲਾਂ ਤੱਕ ਮੈਨੂੰ ਪਤਾ ਵੀ ਨਹੀਂ ਸੀ ਔਰ ਮੇਰਾ ਮੈਂ ਇੰਡੀਆ 'ਚ ਜੰਮੀ ਪਈ ਹਾਂ ਮੇਰਾ ਬੜਾ ਸੰਬੰਧ ਸੀ ਕਿ ਜਿਹੜੇ ਕੀਰਤਨ ਕਰਦੇ ਆ ਗੁਰੂ ਦੀ ਕਿਰਪਾ ਦੇ ਨਾਲ ਮਿਊਜ਼ਿਕ ਦੀ ਜੋ ਤਾਲੀਮ ਦਿੰਦੇ ਆ ਸਾਰੇ ਗੱਲਾਂ ਕਰਦੇ ਜੋ ਸਾਜਾਂ ਦੀਆਂ ਜੋ ਕਿਤਾਬਾਂ ਮਿਲ ਗਈਆਂ ਵਿੱਚੋਂ ਕਿਤੇ ਉਮੀਦ ਕਦੀ ਇੱਕ ਵਾਰੀ ਪੜ੍ਹਿਆ ਸੀ ਕਿਤੇ ਕਿ ਅਸੀਂ ਦਿਲਵਾ ਬਾਰੇ ਪੜ੍ਹਿਆ ਸੀ ਜਾਂ ਸਰੰਗ ਦੇ ਬਾਰੇ ਮੈਨੂੰ ਕੁਛ ਪਤਾ ਸੀ ਥੋੜ੍ਹਾ ਜਿਹਾ ਕਿ ਕਿਸੇ ਗੁਰੂ ਨੇ ਕੁਛ ਬਣਾਇਆ ਬਸ ਇੱਥੇ ਤੱਕ ਹੀ ਗੱਲ ਸੀ ਕੋਈ ਉਸ ਗੱਲ ਦੇ ਵਿੱਚ ਉਹਨੂੰ ਕਦੀ ਉੱਚਿਆਂ ਲਿਆ ਨਹੀਂ ਸੀ ਕਿ ਕੀ ਚੀਜ਼ ਹੋ ਗਈ ਕਦੀ ਖੋਜ ਕਰਨਾ ਤਾਂ ਸਾਨੂੰ ਮਾਫ਼ ਕਰਨਾ ਇੰਡੀਆ 'ਚ ਸਿਖਾਉਂਦੇ ਨਹੀਂ ਖੋਜ ਕਰੋ ਕਿਸੇ ਗੱਲ ਦੀ ਮੈਂ ਜਿੰਨੇ ਸਾਲ ਪੜ੍ਹੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ ਖੋਜ ਵੀ ਕਰਨੀ ਚਾਹੀਦੀ ਹੈ ਸਾਨੂੰ ਦੱਸਿਆ ਤਾਂ ਮਹਾਨ ਜੀ ਕਹਿਤਾ ਗੱਲ ਹਾਂਜੀ ਕਰਨੀ ਬਸ ਇੱਥੇ ਆ ਕੇ ਥੋੜ੍ਹਾ ਜਿਹਾ ਪਤਾ ਲੱਗੇ ਕਿ ਐਕਚੁਲੀ ਖੋਜ ਕਰ ਲੈਣੀ ਚਾਹੀਦੀ ਹੈ ਬਹੁਤ ਚੰਗੀ ਗੱਲ ਸਾਨੂੰ ਪਤਾ ਲੱਗੂ ਐਂਡ ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਗੁਰੂ ਦੇ ਸਾਜ ਆ ਸਾਹਸਗਤ ਮੈਂ ਉਸੇ ਦਿਨ ਤੋਂ ਮੈਨੂੰ ਆਪਣੇ ਆਪ 'ਚ ਸ਼ਰਮ ਆਉਂਦੀ ਸੀ ਮੇਰੇ ਇੰਨੇ ਸਾਲ ਲੰਘ ਗਏ ਔਰ ਸਾਨੂੰ ਪਤਾ ਤੱਕ ਨਹੀਂ ਪਰ ਮੈਨੂੰ ਇਹ ਦੁੱਖ ਦੀ ਗੱਲ ਲੱਗਦੀ ਆ ਅਗਰ ਤੁਹਾਨੂੰ ਵੀ ਲੱਗਦੀ ਹੋਣ ਤਾਂ ਪਤਾ ਨਹੀਂ ਪਰ ਬਾਕੀ ਦੁੱਖ ਦੀ ਗੱਲ ਆ ਗੁਰੂ ਨਾਨਕ ਪਾਤਸ਼ਾਹ ਨੇ ਪਤਾ ਅਸੀਂ ਪੜ੍ਹਦੇ ਹਾਂ ਆਪਣੇ ਨਿਆਣਿਆਂ ਨੂੰ ਦੱਸਦੇ ਹਾਂ ਮਹਾਰਾਜ ਜਿਹੜੇ ਰਬਾਬ ਜਾਂਦੇ ਸਨ ਰਬਾਬ ਨਾਲ ਸਾਰੀ ਦੁਨੀਆ ਕਰ ਰਹੀ ਆ ਰਬਾਬ ਸਿੱਖ ਜਗਤ ਦੀ ਅਸੀਂ ਫਰੰਦੇ ਰਬਾਬ ਜਿਹਨੂੰ ਕਹਿ ਦਿੰਦੇ ਹਾਂ ਇਹਦੀ ਸ਼ੇਪ ਪਲੱਕ ਦੇ ਨਾਲ ਵੱਜਦੀ ਹੈ ਸਾਰੀ ਗੱਜ ਦੇ ਨਾਲ ਵੱਜਦੀ ਹੈ ਸੋਚਿਆ ਕਰੋ ਕਦੀ ਬੈਠ ਕੇ ਗੁਰੂ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਬੈਠਿਆ ਰਬਾਬ ਵੱਜਦੀ ਅਤੇ ਕੀਰਤਨ ਕਿੱਦਾਂ ਦਾ ਆਨੰਦ ਆਊਗਾ ਅਸੀਂ ਤਾਂ ਮਾੜੀਆਂ ਮੋਟੀਆਂ ਦੋ ਚਾਰ ਸੁਣਾ ਲਾ ਕੇ ਜੋ ਥੋੜ੍ਹਾ ਬੜਾ ਆਉਂਦਾ ਪਰ ਦਰਗਾਹੀ ਜੋ ਉੱਤੋਂ ਮਹਾਰਾਜ ਨੂੰ ਜਿਹੜੇ ਦਰਗਾਹੀ ਰਬਾਬ ਕਹਿੰਦੇ ਸੀ ਜਦੋਂ ਵੱਜਦੀ ਹੋਊਗੀ ਤੁਰਕੀ ਬਾਣੀ ਦੇ ਨਾਲ ਤਾਂ ਸੋਚਦੇ ਹਾਂ ਲੂਹ ਘੰਟੇ ਖੜੇ ਹੁੰਦੇ ਮਹਾਰਾਜ ਕੀ ਕਮਾਲ ਦ੍ਰਿਸ਼ ਹੁੰਦਾ ਉਹ ਸੋ ਇਹ ਸਾਡੇ ਸਿੱਖਾਂ ਦੇ ਸਾਜ ਨੇ ਸਾਧਸੰਗ ਇਹ ਦਿਲ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਤਾਂ ਉਸ ਸਾਡਾ ਸਾਜ ਹੈ ਸਰੰਗਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇਣ ਹੈ ਜੋੜੀ ਅੱਜ ਸਾਡੀ ਕਿਸੇ ਕਾਰਨ ਅਸੀਂ ਲਿਆ ਨਹੀਂ ਪਾਏ ਇਹ ਤਬਲਾ ਤਾਂ ਬੜਾ ਬਾਅਦ ਵਿੱਚ ਆਇਆ ਜੋੜੀ ਥੋੜ੍ਹਾ ਚੌੜਾ ਇਹਦਾ ਪੂਰਾ ਹੁੰਦਾ ਅਤੇ ਧਾਮੇ ਦੇ ਉੱਤੇ ਕਾਲੀ ਸਿਆਹੀ ਹੁੰਦੀ ਆਟਾ ਲੱਗਦਾ ਅਤੇ ਖੁੱਲ੍ਹੇ ਬੋਲ ਵਜਾਏ ਜਾਂਦੇ ਆ ਅਤੇ ਸਤੇ ਅਤੇ ਬਲਵੰਡ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਉਹਨਾਂ ਦੀ ਕ੍ਰਿਏਸ਼ਨ ਸੀ ਜੋੜੀ ਸੋ ਸਾਡੇ ਸਿੱਖ ਜਗਤ 'ਚ ਜੋ ਸਾਡੇ ਇੰਸਟਰੂਮੈਂਟ ਵੱਜਦੇ ਸੀਗੇ ਜਿਨ੍ਹਾਂ ਦੇ ਨਾਲ ਕੀਰਤਨ ਹੁੰਦਾ ਸੀ ਜਿਹਨਾਂ ਸਾਧ ਸੰਗਤ ਐਕਚੁਲੀ ਸਾਡੇ ਤਾਂ ਬੱਚਿਆਂ ਨੂੰ ਸਾਰਿਆਂ ਨੂੰ ਸਾਨੂੰ ਜਦੋਂ ਅਸੀਂ ਸੁਣਦੇ ਸੀ ਬਾਣੀ ਹਰ ਕਿਸੇ ਨੂੰ ਸਮਝ ਆਉਂਦੀ ਸੀ ਹਰ ਕਿਸੇ ਨੂੰ ਪਤਾ ਸੀ ਕਿ ਇਹਨਾਂ ਰਾਗਾਂ ਦਾ ਵੀ ਕੀ ਮਤਲਬ ਆ ਕਿਹੜੀਆਂ ਸੁਰਾਂ ਨੇ ਕਿਉਂਕਿ ਕੀਰਤਨ ਔਰ ਸ਼ਬਦ ਔਰ ਪਾਠ ਹਰ ਤਰੀਕੇ ਦੇ ਨਾਲ ਹੀ ਹੁੰਦੇ ਸੀ ਪਰ ਹੁਣ ਅਸੀਂ ਬਹੁਤ ਹੀ ਚਾਲਾਂ ਨਾਲ ਸਾਨੂੰ ਤੋੜਿਆ ਗਿਆ ਉਹਨਾਂ ਅਸਲ ਚੀਜ਼ਾਂ ਦੇ ਨਾਲ ਉੱਥੇ ਪਰ ਗੁਰੂ ਦੀ ਅਸੀਂ ਕਿਰਪਾ ਹੈ ਕਿ ਵਾਪਸ ਸਾਨੂੰ ਸੋਚ ਮਿਲ ਰਿਹਾ ਸੰਗਤ ਵਾਪਸ ਜੁੜ ਗਈ ਆ ਵਾਪਸ ਸਿੱਖ ਰਹੇ ਗੁਰੂ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਇਸ ਤਰ੍ਹਾਂ ਨਹੀਂ ਆ ਕਿ ਅਵੇਲੇਬਲ ਨਹੀਂ ਸਤਸੰਗਤ ਹੋਰ ਨਹੀਂ ਕੁਛ ਤਾਂ ਸਾਡੇ ਗੁਰੂ ਘਰਾਂ 'ਚ ਸਾਡੇ ਕੋਲ ਐਕਚੁਲੀ ਤੁਸੀਂ ਦੇਖੋ ਕਿ ਸਾਨੂੰ ਫੋਟੋ ਵੀ ਨਹੀਂ ਕਿਤੇ ਪਤਾ ਕਿਸੇ ਅਜਾਇਬ ਘਰ ਦੇ ਵਿੱਚ ਕਿ ਐਕਚੁਲੀ ਗੁਰੂਆਂ ਦੇ ਸਾਥ ਹੈ ਗੁਰੂ ਕੀਰਤਨ ਇਹਨਾਂ ਦੇ ਨਾਲ ਹੁੰਦਾ ਸੀ ਸਾਨੂੰ ਪਤਾ ਹੀ ਨਹੀਂ ਔਰ ਦੇਖਣ ਨੂੰ ਬੜੇ ਔਖੇ ਲੱਗਦੇ ਆ ਉਹ ਬੈਗ ਜਾ ਕੇ ਆਉਂਦੇ ਨੇ ਪਤਾ ਨਹੀਂ ਸਾਡੇ ਕੀ ਕਰਨਾ ਹੈ ਡੈਡੀਆਂ ਬਹਿ ਗਏ ਵੀ ਉਹਦੇ ਕੀ ਨਿਕਲਣਾ ਵਿੱਚੋਂ ਕਮਾਲ ਦੀ ਚੀਜ਼ ਨਿਕਲਦੀ ਵਿੱਚ ਬੜੇ ਸੌਖੇ
ਘਰ ਵਿੱਚ ਰੱਖੋ, ਫੋਟੋ ਘਰ ਵਿੱਚ ਲਗਾਓ ਕਿ ਗੁਰੂ ਗੋਬਿੰਦ ਸਾਹਿਬ ਆ, ਮਹਾਰਾਜ ਦੀ ਕ੍ਰਿਸ਼ਨ ਆ। ਸਾਨੂੰ ਤੁਹਾਨੂੰ ਕਿਸੇ ਨੂੰ ਪਤਾ ਲੱਗਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੰਘੀ ਪਈ ਹੈ, ਕਿਤੇ ਦਰਸ਼ਨ ਕਰ ਲਓ ਸਾਰੇ ਮਹਾਰਾਜ ਕੰਘਾ ਵਾ ਕੇ ਗਏ, ਅਸੀਂ ਜਾਵਾਂਗੇ ਨਾ ਦੌੜ ਕੇ ਜਾਵਾਂਗੇ। ਮਹਾਰਾਜ ਨੇ ਆ ਚੀਜ਼ ਬਣਾਈ ਸੀ, ਕੁਛ ਸਾਨੂੰ ਮਿਲ ਗਿਆ ਤਾਂ ਸਾਜ ਤਾਂ ਸਾਨੂੰ ਮਿਲ ਰਿਹਾ, ਜ਼ਰੂਰ ਦਰਸ਼ਨ ਕਰੋ, ਦੇਖੋ ਵਜਾਓ, ਮੋਢੇ 'ਤੇ ਰੱਖੋ, ਦੇਖੋ ਇਹਨਾਂ ਨੂੰ ਰੱਖ, ਸਾਰੇ ਸਾਜ ਤੁਸੀਂ ਦੇਖੋਗੇ ਦਿਲ ਵਾਲੀ ਸਾਈਡ 'ਤੇ ਰੱਖੇ ਹੋਏ ਨੇ, ਤੁਹਾਡੇ ਸਰੀਰ ਦੇ ਨਾਲ ਤੁਹਾਡਾ ਹਿੱਸਾ ਹੋ ਜਾਂਦਾ ਤੁਹਾਡੇ ਸਰੀਰ ਦਾ। ਪਰ ਆਤਮਾ 'ਤੇ ਆਵਾਜ਼ ਗਾਣੀ, ਸਿੱਖ ਦਾ ਇਕੱਲਾ ਹੀ ਸੰਗਤ ਰੂਪੀ ਹੋ ਜਾਂਦਾ, ਸਾਜ ਤੁਹਾਡਾ ਸਾਥ, ਸੁਰਦੇ ਨੂੰ ਥੋੜ੍ਹਾ ਥੋੜ੍ਹਾ ਸੋਰੀ ਦੇਣਾ। ਮਿਊਜ਼ਿਕ ਕਦੀ ਵੀ ਕੀਰਤਨ ਪ੍ਰਧਾਨ ਨਹੀਂ ਹੋਇਆ, ਮਿਊਜ਼ਿਕ ਦਾ ਤਾਂ ਸਾਥ ਦਿੱਤਾ ਗਿਆ ਕਿ ਸਾਥ ਤਾਂ ਸੁਰਦੇ ਨੂੰ ਉਸੇ ਕੋਲ ਮਾਹੌਲ ਬਣਾਉਣ, ਉਹ ਮੂਡ ਕ੍ਰੀਏਟ ਕਰਨ, ਬਾਣੀ ਹਮੇਸ਼ਾ ਉੱਤੇ ਰਹਿੰਦੀ ਹੈ। ਪਰ ਥੋੜ੍ਹਾ ਜਿਹਾ ਕਲਾਸੀਕਲ ਦਾ ਜ਼ਿਆਦਾ ਜ਼ੋਰ ਹੋ ਕੇ ਅਸੀਂ ਉੱਧਰ ਨੂੰ ਹੋ ਗਿਆ ਸਾਨੂੰ, ਚਲੋ ਮਿਊਜ਼ਿਕ ਆਪਣੀ ਜਗ੍ਹਾ, ਜਿੱਥੇ ਮਿਊਜ਼ਿਕ ਹੈ ਉੱਥੇ ਮਿਊਜ਼ਿਕ ਹੈ, ਪਰ ਜਿੱਥੇ ਸ਼ਬਦ ਗੁਰਬਾਣੀ ਕੀਰਤਨ ਹੈ ਉੱਥੇ ਮਿਊਜ਼ਿਕ ਦਾ ਸਹਾਰਾ ਲਿਆ ਜਾਣਾ ਚਾਹੀਦਾ ਸਾਸਿਰ, ਥੋੜ੍ਹਾ ਜਿਹਾ ਸਹਾਰਾ। ਪ੍ਰਿਓਰਿਟੀ ਸ਼ਬਦ ਦੀ, ਜਦੋਂ ਸ਼ਬਦ ਹੀ ਚੱਲਦਾ ਆ ਥੋੜ੍ਹਾ ਥੋੜ੍ਹਾ ਨਾਲ ਸੁਰ ਵੱਜਦਾ, ਫਿਰ ਮਹਾਰਾਜ ਆਪ ਹੀ ਕੀਰਤਨ ਜਦੋਂ ਹੁੰਦਾ ਨਾ ਅੰਦਰੋਂ ਸਿੱਖ ਦੀ ਆਵਾਜ਼ ਨਿਕਲੇ ਅਤੇ ਉਹ ਮਹਿਸੂਸ ਕਰ ਸਕੇ ਉਹਨਾਂ ਉਹਨਾਂ ਉਸ ਚਾਰ ਸੁਰਾਂ ਨੂੰ ਜਿਵੇਂ ਮਹਾਰਾਜ ਨੇ ਸਾਨੂੰ ਦੱਸਿਆ, ਅਤੇ ਫਿਰ ਜੋ ਗੁਰੂ ਗੋਬਿੰਦ ਸਿੰਘ ਨੇ ਉਸ ਸਿੱਖ ਲਈ ਤਾਂ ਸੱਤ ਸੱਤ ਕਰ ਜਾਣਾ ਚਾਹੀਦਾ। ਉਹ ਇੱਕ ਸ਼ਬਦ ਹੋਰ ਅਸੀਂ ਪੜ੍ਹਾਂਗੇ ਭਾਅ ਜੀ, ਹੈਗਾ ਟਾਈਮ ਬਹੁਤ ਹੀ ਪਿਆਰਾ ਸ਼ਬਦ ਸਾਨੂੰ ਸੰਗਤ ਨੂੰ ਤਕਰੀਬਨ ਮੂੰਹ ਜਵਾਨੀ ਆਉਂਦੇ ਹੁੰਦੇ ਆ ਸ਼ਬਦ ਬਹੁਤ ਸਾਰੇ, ਤੁਹਾਨੂੰ ਪਤਾ ਪੜ੍ਹਦੇ ਹੁੰਦੇ ਸੀ ਸਿੱਖ ਸਿਧਾਂਤ ਸਿੱਧੀ ਧਾਰਨਾ, ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ। ਗੁਰੂ ਅਰਜਨ ਪਾਤਸ਼ਾਹ ਜੀ ਦੀ ਇੱਕ ਬੜੀ ਮੈਨੂੰ ਇੱਕ ਖਾਸ ਗੱਲ ਲੱਗਦੀ ਹੈ ਕਿ ਉਹ ਚੀਜ਼ ਨੂੰ ਨਾ ਇਸ ਤਰ੍ਹਾਂ ਉਹਨਾਂ ਦੇ ਸ਼ਬਦ ਜੋ ਇਸ ਤਰ੍ਹਾਂ ਮਿਲਦੀ ਹੈ ਕਿ ਬੰਦਾ ਤੁਸੀਂ ਸੋਚ ਕੇ ਦੇਖੋ ਕਿ ਅਮੇਜ਼ਿੰਗ ਗੱਲ, ਹਰ ਚੀਜ਼ ਨੂੰ ਧੰਨ ਧੰਨ ਹਰ ਗੱਲ ਨੂੰ ਇੰਨਾ ਉੱਚਾ ਰੱਖ ਕੇ ਕਰਦੇ ਨੇ। ਹੋਂ ਬਲੇ ਹਾਰੀ ਸਤਿਗੁਰ ਜਨ ਜੀ ਅਤੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਜਿਤੇ ਰੇ। ਹਰ ਗੱਲ 'ਤੇ ਮਹਾਰਾਜ ਨੇ ਪ੍ਰਭ ਦਾ ਨਾਮ ਮੰਗਿਆ, ਹਰ ਗੱਲ 'ਤੇ ਵਾਰ ਵਾਰ ਮੇਰੇ 'ਤੇ ਕਿਰਪਾ ਕਰੋ ਮਹਾਰਾਜ, ਆਪਣੀ ਇੰਨੀ ਇੰਨੀ ਨਿਮਰਤਾ ਦੇ ਪੁੰਜੇ ਤਾਂ ਮਹਾਰਾਜ ਦਾ ਗੁਰੂ ਅਰਜਨ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਨੂੰ ਸਿਖਾਈ ਹੈ ਇਹਨੂੰ। ਇਹ ਸ਼ਬਦ ਆਪਾਂ ਗਾਇਨ ਕਰਾਂਗੇ ਰਾਗ ਬੜਾਂਸ ਦੇ ਵਿੱਚ ਹੈ ਜੀ, ਮੈਂ ਬੜਾਂਸ ਦਾ ਵੀ ਥੋੜ੍ਹਾ ਜਿਹਾ ਹੁਣ ਦੱਸ ਰਹੀ ਹਾਂ। ਬੜਾਂਸ ਰਾਗ ਦੀਆਂ ਸੁਰਾਂ ਜਿਹੜੀਆਂ ਮਾਹੌਲ ਕ੍ਰੀਏਟ ਕਰਦੀਆਂ, ਬੜਾ ਇਹ ਅਜੀਬ ਕਿਸਮ ਦੀ ਗੱਲ ਹੈ, ਪਰ ਇੱਕ ਬੜੇ ਸੌਖੇ ਤਰੀਕੇ ਦੇ ਨਾਲ ਮੈਂ ਆਪਣੀਆਂ ਭੈਣਾਂ ਨੂੰ ਕਹੂੰਗੀ, ਤੁਸੀਂ ਜਲਦੀ ਸਮਝ ਆਓਗੇ। ਇੱਕੋ ਹੀ ਸਮੇਂ ਦੇ ਉੱਤੇ ਖੁਸ਼ ਹੋਣਾ ਅਤੇ ਇੱਕੋ ਹੀ ਸਮੇਂ ਦੇ ਉੱਤੇ ਤੁਸੀਂ ਦੁੱਖ ਵੀ ਮਹਿਸੂਸ ਕਰਨਾ। ਜਦੋਂ ਕੁੜੀਆਂ ਦੇ ਵਿਆਹ ਹੁੰਦੇ ਆ ਜਿੱਥੇ ਵਿਆਹ ਦੇ ਸੀ, ਇੱਕ ਖੁਸ਼ੀ ਵੀ ਤਾਂ ਹੁੰਦੀ ਹੈ ਨਵੇਂ ਘਰ ਜਾਣਾ, ਉੱਥੇ ਇੱਕ ਦੁੱਖ ਵੀ ਹੁੰਦਾ ਮਾਂ ਬਾਪ ਛੱਡਣ ਨੂੰ, ਤੁਸੀਂ ਉਸ ਐਕਚੁਲੀ ਫੀਲਿੰਗਸ ਦੇ ਉੱਤੇ ਤੁਸੀਂ ਗਏ ਹੋ ਨਾ, ਤੁਹਾਨੂੰ ਪਤਾ ਜਿਹੜੀਆਂ ਮੇਰਾ ਭੈਣਾਂ ਵਿਆਹੀਆਂ ਹੋਈਆਂ ਨੇ, ਉਸ ਦਿਨ ਦਾ ਬੜਾ ਲੱਗਦਾ ਵਿਆਹ ਗਿਆ, ਪਰ ਉਹਦੇ ਅੰਦਰ ਜਿਹੜੇ ਇਮੋਸ਼ਨ ਚੱਲ ਰਹੇ ਹੁੰਦੇ ਨਾ, ਅੱਜ ਕੱਲ੍ਹ ਤਾਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਸ਼ੋ ਆਫ ਦੇ ਵਿੱਚ ਜ਼ਿਆਦਾ ਟਾਈਮ ਲੱਗ ਜਾਂਦਾ, ਪਰ ਸੱਚੀ ਜੋ ਖੁਸ਼ੀ ਖੁਸ਼ੀ ਹੁੰਦੀ ਹੈ ਨਾ ਅੰਦਰ, ਖੁਸ਼ੀ ਕਾਹਦੀ ਆ, ਦੋਨੋਂ ਚੀਜ਼ਾਂ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਨੂੰ ਕੀ ਮਹਿਸੂਸ ਕੀਤਾ ਜਾਵੇ, ਇੱਕ ਬੜੀ ਅਜੀਬ ਬਹੁਤ ਹੀ ਵਧੀਆ ਜਿਹਾ ਇਹ ਫੀਲਿੰਗਸ ਹੈਗੀ। ਇਸ ਤਰ੍ਹਾਂ ਦੀ ਕਦੀ ਮਾਹੌਲ ਤੁਸੀਂ ਕਿਸੇ ਨੂੰ ਛੱਡਿਆ, ਬਹੁਤ ਸਾਰੇ ਪਰਦੇਸੀਆਂ ਦੇ ਘਰਾਂ ਨੂੰ ਛੱਡ ਗਿਆ, ਕਿਤੇ ਜਾਣਾ ਪੈਂਦਾ, ਤੁਹਾਡੇ ਬੱਚੇ ਹੀ ਦੱਸੀ ਜਾਂਦੇ ਆ, ਕਿਸੇ ਨਾ ਕਿਸੇ ਦਿਨ ਅਸੀਂ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਇਹਨਾਂ ਹਰ ਸਾਰੇ ਮੋਸਟ ਤੁਸੀਂ ਜੀਂਦੇ ਹਾਂ, ਉਹ ਜਦੋਂ ਅਸੀਂ ਜੀ ਲੈਂਦੇ ਤਾਂ ਸਾਨੂੰ ਪਤਾ ਉਸ ਚੀਜ਼ ਨੂੰ ਅਸੀਂ ਯਾਦ ਕਰੋ ਕਿ ਕਿਸ ਦਿਨ ਤੁਸੀਂ ਬੜੇ ਸੌਖਾ ਤਰੀਕਾ ਦੇ ਰਾਗ ਦੇ ਨਾਲ ਜੁੜਨਾ, ਮੂਡ ਦੇ ਨਾਲ ਜੁੜਨਾ, ਕਿਉਂਕਿ ਮਹਾਰਾਜ ਨੇ ਰਾਗ ਇੱਕ ਵਜ੍ਹਾ ਤੋਂ ਲਿਖੇ ਆ, ਨਹੀਂ ਲਿਖ ਦਿੱਤੇ, ਹਰ ਚੀਜ਼ ਦੇ ਇੱਕ ਪੂਰਾ ਮਹੱਤਵ ਰੱਖਦੀ ਹੈ। ਗੁਰੂ ਮਹਾਰਾਜ ਕਹਿੰਦੇ ਇਸ ਰਾਗ ਦੇ ਵਿੱਚ ਉਸ ਵੇਲੇ ਉਸ ਮੂਡ ਦੇ ਵਿੱਚ ਆਪਣੇ ਆਪ ਨੂੰ ਸੋਚੋ, ਮਾਂ ਦਾ ਆ ਇੱਦਾਂ ਦਾ ਮੂਡ ਹੈ, ਫਿਰ ਉਸਦੇ ਵਿੱਚ ਗੁਰਬਾਣੀ ਨੂੰ ਗਾਓ, ਫਿਰ ਗੁਰਬਾਣੀ ਦੇ ਆਨੰਦ ਨੂੰ ਸਮਝੋ, ਉਸ ਗੱਲ ਨੂੰ ਉਸ ਫੀਲਿੰਗਸ ਦੇ ਵਿੱਚ ਸਮਝੋ, ਅਤੇ ਜ਼ਿਆਦਾ ਅਸਰ ਕਰਨੀ ਹੈ, ਕਿਉਂਕਿ ਗੁਰਬਾਣੀ ਤਾਂ ਦਵਾਈ ਹੈ, ਦਵਾਈ ਨੇ ਤਾਂ ਅਸਰ ਕਰਨਾ ਹੀ ਕਰਨਾ, ਪਰ ਤੁਹਾਨੂੰ ਚੜ੍ਹਿਆ ਬੁਖਾਰ ਹੋਵੇ ਤਾਂ ਤੁਸੀਂ ਬੜੀ ਸਟਰੋਂਗ ਦਵਾਈ ਖਾਈ ਜਾਓ, ਤੁਸੀਂ ਤਾਂ ਦਵਾਈ ਖਾਣੀ ਜਿਹੜੀ ਮਰਜ਼ੀ ਖਾਈ, ਹੈ ਤਾਂ ਦਵਾਈ ਅਸਰ ਤਾਂ ਕਰੂ ਵੀ ਚੱਕ ਕੇ ਖਾ ਤਾਂ ਲਵਾਂ, ਮੈਂ ਜਿਹੜੀ ਮਰਜ਼ੀ ਖਾ ਲਈ, ਅਤੇ ਕਸੂਰ ਹੋਏ ਨਾ ਕਿਉਂਕਿ ਡਾਕਟਰ ਹੈ ਉਹਨੇ ਤੁਹਾਨੂੰ ਸਹੀ ਕਹੀ ਹੁੰਦੀ ਹੈ ਆ ਹੀ ਖਾਣੀ ਹੈ,
ਮਹਾਰਾਜ ਨੇ ਸਹੀ ਲਿਖਿਆ ਕਿਹੜੀ ਕਿਹੜੀ ਖਾਣੀ ਹੁਣ ਸਾਡੀ ਮਰਜ਼ੀ ਅਸੀਂ ਖਾ ਕਿੱਦਾਂ ਲੈਂਦੇ ਹਾਂ ਕਿਹੜੀ ਨੂੰ ਕਿੱਦਾਂ ਕਰਕੇ ਅਸੀਂ ਕਹਿੰਦੇ ਖਾ ਲਓ ਪਹਿਲਾਂ ਅਸਰ ਹੋ ਜਾ ਫਿਰ ਜਦੋਂ ਤੁਸੀਂ ਕੰਪਲੇਨ ਕਰਦੇ ਹੋ ਮਹਾਰਾਜ ਨੂੰ ਮੈਂ ਕਿਹਾ ਸੋ ਸਾਨੂੰ ਦਵਾਈ ਵੀ ਜਿਹੜੀ ਉਹ ਸਹੀ ਖਾਣੀ ਚਾਹੀਦੀ ਹੈ ਤੁਸੀਂ ਸਾਰੇ ਬਹੁਤ ਸਮਝ ਜਾਂਦੇ ਗੁਰੂ ਮਹਾਰਾਜ ਨੇ ਇੰਨੇ ਇੰਨੇ ਸਾਨੂੰ ਸੁੱਖ ਦਿੱਤੇ ਹੋਏ ਆ ਅਸੀਂ ਸਾਰੇ ਇਸ ਗੱਲ ਕਾਬਿਲ ਹਾਂ ਅਸੀਂ ਮਹਾਰਾਜ ਸਾਡੇ ਕੋਲ ਕਿਸੇ ਕੋਲ ਗੁਰੂ ਨਾ ਆਵੇ ਫਿਰ ਤਾਂ ਮੰਨੀ ਸਾਡੇ ਕੋਲ ਮਹਾਰਾਜ ਬਿਰਾਜਮਾਨ ਉੱਠ ਕੇ ਦੇਖੋ ਖੋਲੋ ਪੜ੍ਹੋ ਅਤੇ ਆਪਣੇ ਬੱਚਿਆਂ ਨੂੰ ਸਮਝਾਓ ਮੈਂ ਬਸ ਛੋਟੀ ਜਿਹੀ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਮੈਂ ਤੋਂ ਰਹਿ ਨਹੀਂ ਹੋ ਰਿਹਾ ਬਿਨਾਂ ਸ਼ੇਅਰ ਕੀਤੇ ਅੱਜ ਸਾਡੇ ਸਾਈਡ ਦੇ ਉੱਤੇ ਡਾਕਟਰ ਵਰਿੰਦਰਪਾਲ ਜੀ ਆਏ ਹੋਏ ਸਨ ਅਤੇ ਉਹਨਾਂ ਦੀ ਇੱਕ ਗੱਲ ਜਿਹੜੀ ਮੈਨੂੰ ਬਹੁਤ ਹੀ ਚੰਗੀ ਲੱਗੀ ਕਿ ਉਹ ਪੰਜਾਬੀ ਸਕੂਲਾਂ ਦੇ ਵਿੱਚ ਜਿਹੜੇ ਅਸੀਂ ਕਾਇਦੇ ਪੜ੍ਹਾਉਂਦੇ ਹਾਂ ਊੜਾ ਐੜਾ ਊੜਾ ਊਠ ਉਹਨਾਂ ਨੇ ਉਹ ਸਾਰੇ ਉਹ ਸਿਸਟਮ ਨੂੰ ਜਿਹੜਾ ਚੇਂਜ ਕਰਨ ਦੀ ਇੱਕ ਗੱਲ ਕਰਦੇ ਬੜੀ ਬਹੁਤ ਹੀ ਵਧੀਆ ਗੱਲ ਕੀਤੀ ਜਿਹੜੀ ਮੇਰੇ ਬੜੇ ਦਿਲ ਨੂੰ ਲੱਗੀ ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਬੜਾ ਉਲਟਾ ਰਹੇ ਸਾਡਾ ਪੜ੍ਹਾਉਣ ਦਾ ਸਿਸਟਮ ਹੀ ਗਲਤ ਹੈ ਅਸੀਂ ਉਹਨੂੰ ਕਹਿੰਦੇ ਹਾਂ ਕਿ ਸੀਤਾ ਕੱਪੜੇ ਧੋ ਰਹੀ ਹੈ ਬੱਚੇ ਪੜ੍ਹ ਰਹੇ ਆ ਸੀਤਾ ਕੱਪੜੇ ਧੋ ਰਹੀ ਹੈ ਆਰਾਮ ਕੇਲਾ ਖਾ ਰਿਹਾ ਉਹਦੇ ਕੱਪੜੇ ਧੋਣ ਦੇ ਕੇਲੇ ਖਾਣ ਨੂੰ ਬੱਚੇ ਨੇ ਕੀ ਸਿੱਖਿਆ ਕੁਛ ਨਹੀਂ ਨਾ ਸਿੱਖਿਆ ਬਸ ਲਾਈਨਾਂ ਪੜ੍ਹ ਲਈਆਂ ਯਾਦ ਕਰ ਲਿਆ ਸਾਡਾ ਸਿਸਟਮ ਤਾਂ ਇਹੀ ਹੈ ਸਾਰੇ ਪੰਜਾਬੀ ਸਕੂਲ ਉੱਤੇ ਵੀ ਗੁਰਦੁਆਰਾ ਸਾਹਿਬ ਹੋਣਗੇ ਇਹੀ ਸਿਸਟਮ ਅਸੀਂ ਪੜ੍ਹਦੇ ਹਾਂ ਔਰ ਅਸੀਂ ਵੀ ਆਪਣੇ ਬੱਚਿਆਂ ਨੂੰ ਇੱਦਾਂ ਪੜ੍ਹਾ ਰਹੇ ਹਾਂ ਪਰ ਜਿਹੜਾ ਸਿੱਖੀ ਦੇ ਸਕੂਲ ਸਨ ਜਿਹੜੇ ਕਾਇਦੇ ਜਿਹੜੀਆਂ ਚੀਜ਼ਾਂ ਨੂੰ ਕਹਿੰਦੇ ਜਲਾ ਦਿੱਤਾ ਗਿਆ ਸੀ ਉਹਨੂੰ ਜਦੋਂ ਈਸਟ ਇੰਡੀਆ ਕੰਪਨੀ ਨੇ ਉਹਨਾਂ ਨੇ ਤਾਂ ਬਹੁਤ ਪਲੈਨਿੰਗ ਕੀਤੀ ਇਸ ਲਈ ਤਾਂ ਸਾਡੇ ਗੁਰਦੁਆਰੇ 'ਚ ਸਾਜ ਨਹੀਂ ਅਸਤਾ ਸੀ ਕਿਉਂਕਿ ਸਿੱਖਾਂ ਨੂੰ ਤੋੜਨਾ ਸਭ ਤੋਂ ਵੱਡਾ ਚੈਲੇਂਜ ਸੀ ਇਹਨਾਂ ਨੂੰ ਉਹਨਾਂ ਨੇ ਪੂਰੀ ਗੋਰੇ ਨੇ ਰਿਸਰਚ ਕਰਕੇ ਇੰਨਾ ਸਮਾਂ ਬਤੀਤ ਕਰਕੇ ਇਹਨਾਂ ਨੂੰ ਕਿੱਦਾਂ ਜੜ੍ਹਾਂ ਵੱਢੀਆਂ ਬਹੁਤ ਚੰਗੀ ਤਰ੍ਹਾਂ ਵੱਢੀਆਂ ਸਨ ਅਤੇ ਉਹ ਹਰ ਇੱਕ ਨਿੱਕੀ ਨਿੱਕੀ ਚੀਜ਼ ਨੂੰ ਸਿੱਖਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਿ ਐਡੀ ਵੱਡੀ ਚੀਜ਼ ਕਿੱਦਾਂ ਹੌਲੀ ਹੌਲੀ ਆ ਗਈ ਪਤਾ ਹੀ ਨਹੀਂ ਲੱਗਿਆ ਹੌਲੀ ਹੌਲੀ ਐਕਸੈਪਟ ਕਰਦੇ ਆ ਕਰਦੇ ਜੇ ਪਰ ਇਹ ਹੁਣ ਜਦੋਂ ਰੀਅਲਾਈਜ਼ ਹੋ ਰਿਹਾ ਕਿ ਕਿੰਨਾ ਨੁਕਸਾਨ ਹੋ ਗਿਆ ਪੂਰਾ ਨਹੀਂ ਹੋ ਰਿਹਾ ਪੂਰਾ ਨਹੀਂ ਕਰ ਹੋ ਰਿਹਾ ਸਾਡੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਉੱਠ ਕੇ ਸਵੇਰੇ ਸਿਮਰਨ ਕਰੋ ਬੈਠੋ ਹਰ ਇੱਕ ਅੱਖਰ ਦਾ ਉਹਨਾਂ ਨੇ ਸਾਨੂੰ ਥੋੜ੍ਹੇ ਜਿਹੇ ਸ਼ਬਦ ਇੱਦਾਂ ਪੁੱਛੇ ਕਿ ਗੱਜ ਕਿਹਨੂੰ ਕਹਿੰਦੇ ਆ ਮੈਂ ਸੋਚਿਆ ਆਹ ਗੱਜ ਹੁੰਦੀ ਹੈ ਗੱਜ ਹੱਥ ਹੀ ਹੁੰਦਾ ਅਸ ਕਿਹਨੂੰ ਕਹਿੰਦੇ ਆ ਕਰਨਾ ਕਿਹਨੂੰ ਕਹਿੰਦੇ ਆ ਇਸੇ ਤੋਂ ਗੁਰਬਾਣੀ ਦੇ ਸ਼ਬਦਾਂ ਨੂੰ ਨਾਲ ਲੈ ਕੇ ਉਹਨਾਂ ਨੇ ਸਾਰਾ ਹੀ ਸਟਰਕਚਰ ਬਣਾਇਆ ਸਾਰੀਆਂ ਕਿਤਾਬਾਂ ਬਣਾਈਆਂ ਔਰ ਮੈਂ ਹੈਰਾਨ ਸੀ ਕਿ ਮੈਨੂੰ ਲੱਗਦਾ ਸੀ ਅਗਰ ਮੈਂ ਆਹ ਉੜੇ ਅੜੇ ਨੂੰ ਪੜ੍ਹ ਦੇਵਾਂ ਅੱਧੀ ਤਾਂ ਸਾਨੂੰ ਸਮਝ ਆ ਜਾਂਦੀ ਅੱਧੇ ਕਿਉਂਕਿ ਸਾਨੂੰ ਗੁਰਬਾਣੀ ਦੇ ਬਹੁਤ ਸਾਰੇ ਸ਼ਬਦਾਂ ਦੇ ਮੀਨਿੰਗ ਹੀ ਨਹੀਂ ਪਤਾ ਅਤੇ ਅਸੀਂ ਉਹ ਇੰਜੋਏ ਨਹੀਂ ਕਰ ਪਾਉਂਦੇ ਹੁੰਦੇ ਬਸ ਮੀਨਿੰਗ ਪਤਾ ਨਹੀਂ ਅਸੀਂ ਉੱਦਾਂ ਸੁਣ ਹੀ ਲੈਂਦੇ ਹਾਂ ਠੀਕ ਹੈ ਪਰ ਇੰਨੀ ਸ਼ਾਇਦ ਔਖੀ ਗੱਲ ਨਹੀਂ ਹੈਗੀ ਸਾਸ ਨੂੰ ਅਗਰ ਅਸੀਂ ਉਹਨਾਂ ਨੇ ਮੀਨਿੰਗ ਨੂੰ ਵੀ ਸਮਝ ਲਈਏ ਪੜ੍ਹ ਲਈਏ ਅਗਰ ਇਹਨਾਂ ਬੱਚਿਆਂ ਨੂੰ ਪਤਾ ਹੋਊਗਾ ਤਾਂ ਉਹਨਾਂ ਨੂੰ ਫੜ ਫੜ ਕੇ ਢੂਕੇ ਲੈ ਕੇ ਹੀ ਆਉਣਾ ਪਊਗਾ ਚਲੋ ਬੈਠੋ ਬੈਠੋ ਬਹਿਜੋ ਸੁਣੋ ਕਿਉਂਕਿ ਉਹਨਾਂ ਨੂੰ ਗੱਲ ਸਮਝ ਆਉਣ ਲੱਗ ਜਾਣੀ ਮੀਨਿੰਗ ਪਤਾ ਲੱਗ ਜਾਣੀ ਆਪਣੇ ਆਪ ਮਨ ਜੁੜ ਜਾਣਾ ਔਰ ਇਹ ਸਾਡੀ ਐਕਚੁਲੀ ਸਿੱਖਿਆ ਸੀ ਸਾਡੇ ਬੱਚੇ ਵੀ ਉਹਨਾਂ ਚੀਜ਼ਾਂ ਨੂੰ ਕੋਲ ਗੁਰਬਾਣੀ ਦੇ ਵਿੱਚੋਂ ਲੈ ਕੇ ਜਦੋਂ ਪੜ੍ਹਾਇਆ ਜਾਂਦਾ ਸੀ ਉਹਨਾਂ ਔਰ ਪੜ੍ਹਾਇਆ ਵੀ ਇਸ ਤਰ੍ਹਾਂ ਜਾਂਦਾ ਸੀ ਕਿ ਜਿਹਦੇ 'ਚ ਇਸ ਲਈ ਨਹੀਂ ਪੜ੍ਹਾਇਆ ਜਾਂਦਾ ਸੀ ਕਿ ਤੁਹਾਨੂੰ ਨੰਬਰ ਮਿਲਣੇ ਆ ਜਾਂ ਤੁਸੀਂ ਇਗਜ਼ਾਮ ਪਾਸ ਕਰਨੇ ਆ ਇਸ ਲਈ ਪੜ੍ਹਾਇਆ ਜਾਂਦਾ ਸੀ ਕਿ ਪੜ੍ਹਨਾ ਹੈ ਤਾਂ ਸਾਨੂੰ ਗੁਰਬਾਣੀ ਸਮਝ ਆ ਗੁਰਮੁਖੀ ਪੜ੍ਹਾਉਣੀ ਬੇਸ਼ੱਕ ਨੂੰ ਪੰਜਾਬੀ ਦੇ ਵਿੱਚ ਉਹਨਾਂ ਨੇ ਕੀਤਾ ਸੋ ਅਗਰ ਹੋ ਸਕਦਾ ਤਾਂ ਤੁਹਾਡੇ ਵੀ ਕਿਤੇ ਵਰਕਸ਼ਾਪ ਲੱਗਣੀਆਂ ਤਾਂ ਜ਼ਰੂਰ ਉਹਨਾਂ ਨਾਲ ਕੋਂਟੈਕਟ ਕਰਿਆ ਕਿਉਂਕਿ ਸਾਨੂੰ ਵਾਕਈ ਬਹੁਤ ਜ਼ਰੂਰਤ ਆ ਸਾਨੂੰ ਖੁਦ ਨੂੰ ਵੀ ਆਉਂਦੀ ਗੁਰਬਾਣੀ ਮੈਨੂੰ ਤਾਂ ਨਹੀਂ ਆਉਂਦੀ ਦੱਸ ਰਹੀ ਮੈਂ ਤਾਂ ਬਹੁਤ ਪਿੱਛੇ ਹਾਂ ਸੋ ਮੈਨੂੰ ਵੀ ਲੱਗਦਾ ਕਿ ਬਹੁਤ ਸਾਡੇ ਸਿੱਖ ਜਗਤ ਲਈ ਬਹੁਤ ਹੀ ਚੰਗੀ ਗੱਲ ਹੋ ਗਈ ਅਗਰ ਸਾਡੇ ਬੱਚੇ ਬੈਠ ਕੇ ਸਾਨੂੰ ਫੋਨ ਦੇ ਕੇ ਬਿਠਾਉਣਾ ਹੋਵੇ ਦੋ ਵਜੇ ਗੇਮ ਖੇਲੋ ਬੈਠ ਜਾ ਇੱਦਾਂ ਨਾ ਹੋ ਜਾਏ ਅਤੇ ਆਪਣੇ ਆਪ ਹੀ ਇੰਜੋਏ ਕਰਨ ਔਰ ਇਹ ਤਦ ਹੀ ਹੋ ਸਕਦਾ ਜਦੋਂ ਅਸੀਂ ਮਾਂ ਬਾਪ ਸਾਰੇ ਇਕੱਠੇ ਹੋ ਗਏ ਸਾਰੇ ਸੰਗਤ ਇਸ ਗੱਲ ਲਈ ਉੱਪਰ ਪਾਉਂਦੇ ਔਰ ਇੱਕ ਸ਼ਬਦ ਉੱਪਰ ਪੜ੍ਹਦੇ ਹਾਂ ਜੀ ਫਿਰ ਸਮਾਪਤੀ ਹੈ।